अरे क्या बात है, इतना लंबा फ्लाईओवर यार, क्या ही बात है, ये बन का रहा है। चलो वो भी बताऊंगा। हेलो एवरीवन, सुरभि दिस साइड, और आज मैं पहुंच गया हूं फगवाड़ा, और जानने वाले हैं फगवाड़े वाले लोगों के मन की बात। जब मन की बात सोचते हो सबसे पहले दिमाग में कौन आता है? कौन? हमारे प्रिय प्रधानमंत्री मोदी जी, और कोई नहीं आएगा यार, क्योंकि मन की बात करते ही वही है, लोग तो करते नहीं अपने मन की बात। तो आज जानने आए हैं फगवाड़ा के लोगों के मन की बात, कि वो क्या सोचते हैं देश के बारे में, देश के नेताओं के बारे में, और हमारे प्रधानमंत्री मोदी जी के बारे में। तो जानते हैं उनके मन की बात, आ जाइए मेरे साथ। फ्लाईओवर बन गया ना, फगवाड़ा नीचे रह जाएगा, हम ऊपर से निकल जाएंगे। क्यों जी? देखो मन की बात ही है जी, और कुछ नहीं है जी। मन की गल तो हैगी जी, उन्होंने कितनी सोहनी गल कर दी। बहुत वधिया मन की बात करी जाते जी आप। मोदी जी दी मन की बात देखिए तुसी कदी? कदी की करना है मोदी दा सुन के फायदा नहीं, मोदी दा मोदी दा कोई फायदा नहीं है कहिंदे, ते प्रधानमंत्री क्यों बनाया फायदा ही नहीं है। मन की बात अपने मन की अपने आप देखेंगे, और कौन देखेगा? अपने जैसे प्रधानमंत्री जी मन की बात करते हैं, आप उनसे अपने मन की बात कहना चाहते हैं कुछ? अब हम हमारे कहे से कुछ थोड़ा हो जाएगा। यही तो बात है, होना तो कुछ नहीं है, तो कह ही दो कौन है हमारे प्रधानमंत्री। पता नहीं, अभी भी जट बंदे हैं, ठीक नहीं देखो, जटा बारे भी सोचा जाए। डीजल के पहला रेट बड़े है ना, ਤਾਂ ਫਿਰ ਪੈਟਰੋਲ ਦਾ ਅੱਗੇ ਵਧਿਆ, ਅਤੇ ਭਾਅ ਜੀ ਹੁਣ ਅਸੀਂ ਵੀ ਕਿੱਥੋਂ ਖਾਣੀ ਹੈ ਨਾ ਰੋਟੀ, ਅਤੇ ਅਸੀਂ ਖਿਲਾਉਣੀ ਕਿੱਥੋਂ ਆ। ਬਸ ਇਹੀ ਆ ਵੀ ਪਹਿਲਾਂ ਰੇਟ ਰੂਟ ਘੱਟ ਕਰਨ, ਬਸ ਇਹੀ ਗੁਜ਼ਾਰ ਸ਼ਾਮੂ ਦੀ ਉਹਨਾਂ ਨੂੰ ਵੀ। ਬਸ ਮਤਲਬ ਜਿੱਦਾਂ ਡੀਜ਼ਲ ਦਾ ਰੇਟ ਘੱਟ ਹੋਜੂਗਾ ਤਾਂ ਤੁਹਾਨੂੰ ਥੋੜ੍ਹੀ ਜਿਹੀ ਸੌਖ ਹੋਜੂਗੀ, ਜਾਂ ਫਿਰ ਫਸਲਾਂ ਦੇ ਰੇਟ ਵੀ ਤੁਹਾਨੂੰ ਚੱਜ ਦੇ ਦੇਣ, ਹੈ ਨਾ? ਇਹ ਵੀ ਭਾਅ ਜੀ ਗੱਲ ਤਾਂ ਹੀ ਆ ਭਾਅ ਜੀ, ਅਸੀਂ ਵੀ ਫਸਲ ਤਾਂ ਹੀ ਉਗਾਵਾਂਗੇ ਜੀ, ਅਸੀਂ ਵੀ ਕਿਤੇ ਜਾ ਸਕਦੇ ਹਾਂ। ਹੁਣ ਟਰੈਕਟਰ ਕਿਹੜਾ ਭਾਅ ਜੀ ਪਾਣੀ ਨਾਲ ਚੱਲਦੇ ਆ ਨਾ, ਤੁਸੀਂ ਆਪ ਵੀ ਸਿਆਣੇ ਆ, ਜੇ ਪਹਿਲਾਂ ਡੀਜ਼ਲ ਦੀਆਂ ਕੀਮਤਾਂ ਥੱਲੇ ਘੱਟ ਪਈ ਕਿਤੇ ਜਾ ਸਕਦੇ ਹਾਂ। ਮਨ ਕੀ ਬਾਤ ਸੁਣਿਆ ਕਦੀ ਮੋਦੀ ਸਾਹਿਬ ਦਾ ਤੁਸੀਂ? ਮਨ ਕੀ ਬਾਤ ਨਹੀਂ ਜੀ, ਮਨ ਦੀ ਬਾਤ। ਤੁਸੀਂ ਉਹਨਾਂ ਨੂੰ ਕੁਛ ਕਹਿਣਾ ਚਾਹੋਗੇ ਮੋਦੀ ਸਾਹਿਬ ਨੂੰ? ਮੋਦੀ ਸਾਹਿਬ ਨੂੰ ਜੀ ਬੁਲਾਓ, ਚਾਹ ਚੂਹ ਪਿਆਈਏ, ਸਮਝਾਈਏ ਉਹਨਾਂ ਨੂੰ ਗੱਲਾਂ ਬਾਤਾਂ। ਚਾਹ ਦੇ ਬੁਲਾਈ? ਆਹੋ ਚਾਹ ਹੀ ਭੇਜਦੇ, ਚਾਹ ਹੀ। ਇਹਨਾਂ ਦਾ ਫੇਵਰਟ ਮੋਦੀ, ਤੁਹਾਡਾ ਨਹੀਂ ਫੇਵਰਟ? ਹਾਂ ਜੀ ਫੇਵਰਟ। ਅੱਛਾ, ਮੋਦੀ ਕਿੱਦਾਂ, ਮਤਲਬ ਸਕੂਲ ਪੜ੍ਹਦੇ ਸੀ ਨਾਲ? ਨਹੀਂ। ਅੱਛਾ, ਟੀਵੀ ਦੇ ਨਾ ਰਿਸ਼ਤੇਦਾਰਾਂ ਨੂੰ ਪਹੁੰਚੀ ਹੋਣੀ ਆ, ਜਿਹੜੇ ਮਾੜੇ ਮੋਟੇ ਲੀਡਰਾਂ ਦੇ ਰਿਸ਼ਤੇਦਾਰ, ਜਿਹੜੇ ਉਹਨਾਂ ਨੂੰ ਪਹੁੰਚੀ, ਜਿਹੜਾ ਯਾਰ ਮਿੱਤਰ ਜਿਹੜੇ ਹੋਰ ਜਿਹੜੇ ਆ ਉਹਨਾਂ ਨੂੰ ਪਹੁੰਚੀਆਂ ਆ, ਜਾਂ ਉਹਦੇ ਆਂਢ ਗੁਆਂਢ ਜਿਹੜੇ ਹੋਰ ਉਹਨਾਂ ਦੇ ਮਿੱਤਰ ਸੱਜਣ ਆ ਉਹਨਾਂ ਨੂੰ ਪਹੁੰਚੀਆਂ ਆ। ਜਿੱਥੇ ਪਹੁੰਚਣੀ ਚਾਹੀਦੀ ਉੱਥੇ ਤਾਂ ਪਹੁੰਚੀਆਂ ਹੀ ਨਹੀਂ ਗਈਆਂ। ਪਾਇਆ ਪੰਜਾਬ ਕੀ ਪਾਇਆ, ਪਹਿਲੀ ਗੱਲ ਤਾਂ ਇੱਥੇ ਹੀ ਆ, ਟਰਾਂਸਪੋਰਟ ਮਹਿੰਗੀ ਹੈ, ਬਾਕੀ ਸਭ ਕੁਝ ਆਪੀ ਮਹਿੰਗਾ ਜੀ। ਅਤੇ ਹੁਣ ਇਸ ਵੇਲੇ ਫੀਸਾਂ ਦਾ ਮੁੱਦਾ ਹੀ ਲੈ ਲਓ, ਭੜਕਾਇਆ ਹੀ ਜਾ ਰਿਹਾ ਲੋਕਾਂ ਨੂੰ, ਨਾ ਤਾਂ ਪੇਰੈਂਟਸ ਨੂੰ ਕੋਈ ਰਾਹਤ ਮਿਲਦੀ ਹੈ, ਨਾ ਸਕੂਲਾਂ ਨੂੰ ਕੋਈ ਰਾਹਤ ਹੈਗੀ ਆ ਉਸ ਤੋਂ। ਸਿਰਫ ਇਹ ਆ ਕਿ ਇੱਕ ਮੁੱਦਾ ਬਣ ਗਿਆ, ਪੇਰੈਂਟਸ ਸਕੂਲ ਨਾਲ ਲੜੀ ਜਾਂਦੇ ਆ, ਸਕੂਲ ਆਪਣਾ ਵਿਊ ਦੇਈ ਜਾਂਦੇ ਆ, ਸਰਕਾਰ ਨੇ ਉਹਦੇ ਵਿੱਚ ਕੁਛ ਵੀ ਨਹੀਂ ਕੀਤਾ। ਸਰਕਾਰ ਆਪਣੀ ਤਰਫ ਤੋਂ ਕੁਛ ਦਿੰਦੀ ਤਾਂ ਪੇਰੈਂਟਸ ਨੂੰ ਵੀ ਕੁਛ ਨਾ ਕੁਛ ਰਿਲੈਕਸੇਸ਼ਨ ਮਿਲਦੀ ਅਤੇ ਸਕੂਲਾਂ ਨੂੰ ਵੀ ਮਿਲ ਗਏ। ਸਾਰੇ ਲੁੱਟਣ ਨੂੰ ਹੀ ਆ ਇਸ ਵੇਲੇ, ਜਦੋਂ ਉਹਨਾਂ ਦਾ ਖਜ਼ਾਨਾ ਖਾਲੀ ਹੋ ਜਾਂਦਾ ਫਿਰ ਦੂਜੇ ਦਾ ਭਰਨਾ ਸ਼ੁਰੂ ਕਰ। ਖਜ਼ਾਨਾ ਤਾਂ ਕਹਿੰਦੇ ਸਾਰੇ ਹਰ ਵੇਲੇ ਖਾਲੀ ਰਹਿੰਦਾ, ਜਿਹੜੇ ਖਜ਼ਾਨੇ ਹੈ ਨਾ ਆਮ ਜਨਤਾ ਲਈ ਖਾਲੀ ਆ। ਜਦੋਂ ਇਹਨਾਂ ਨੇ MLA ਜਾਂ MP ਨੇ ਆਪਣੀਆਂ ਜਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ, ਉਦੋਂ ਖਜ਼ਾਨੇ ਕਿੱਥੋਂ ਆ ਜਾਂਦੇ? ਆਪਣੀਆਂ ਪੈਨਸ਼ਨਾਂ ਟਾਈਮ 'ਤੇ, ਸਭ ਟਾਈਮ 'ਤੇ ਜੀ, ਜਦੋਂ ਇਹਨੀ ਵਧਾਉਣੀ ਹੁੰਦੀ ਸਾਰੇ ਸਾਰੇ ਇਕੱਠੇ ਹੋ ਜਾਂਦੇ, ਇੱਕੋ ਥੈਲੀ 'ਤੇ ਚੱਟੇ ਪੱਟੇ ਆ, ਕਿਸੇ ਬੰਦੇ ਨੇ ਨਹੀਂ ਕਹਿਣਾ ਯਾਰ ਆਪਾਂ ਤਨਖਾਹ ਨਾ ਵਧਾਈਏ ਲੋਕੀ ਆ। ਹੁਣ ਡਰਾਮੇ ਬਾਜੀਆਂ ਜੀ, ਸਾਨੂੰ ਇੰਨੇ ਪੈਸੇ ਅਸੀਂ ਆਹ ਆਪਣੀ ਇੱਕ ਮਹੀਨੇ ਦੀ ਤਨਖਾਹ ਪਾ ਦੇਣੀ ਆ, ਦੀ ਆਹ ਕਿਹੜੇ ਪਤਾ ਨਹੀਂ ਕਿਹੜੇ ਕਿਹੜੇ ਫੰਡ ਬਣਾਈ ਜਾਂਦੇ ਆ, ਉਹ ਲੋਕਾਂ ਤੱਕ ਪਹੁੰਚਦੇ ਵੀ ਆ। ਹੁਣ ਕਹਿੰਦੇ ਜੀ ਅਸੀਂ 5 ਕਿਲੋ ਕਣਕ ਅਤੇ 1 ਕਿਲੋ ਦਾਲ ਦੇਣੀ ਆ, ਅਸੀਂ ਕਹਿੰਦੇ ਸਾਨੂੰ ਤੁਸੀਂ ਸਾਡੇ ਰੁਜ਼ਗਾਰ ਦਾ ਪ੍ਰਬੰਧ ਕਰੋ, ਸਾਡੀ ਇਨਕਮ ਦਾ ਸਾਧਨ ਕੋਈ ਵਧੀਆ ਹੋਵੇ, ਸਾਨੂੰ ਇਹੋ ਜਿਹੇ 5 ਕਿਲੋ ਕਣਕ ਆਟੇ ਦੀ ਸਾਨੂੰ ਦਾਲ ਦੀ ਲੋੜ ਨਹੀਂ, ਸਾਨੂੰ ਰੁਜ਼ਗਾਰ ਦੀ ਗਰੰਟੀ ਚਾਹੀਦੀ, ਸਾਨੂੰ ਕੰਮ ਦਿਓ। ਆਟਾ ਦਾਲ ਨਹੀਂ ਚਾਹੀਦੀ,
2 रुपए दो फ्री दे दो, नौकरी मंगदे सारे नौकरी सानू जेड़े असि काम जानदे जे कोई राज मिस्त्री ओदे काम दा प्रबंध करके करो काम नू दियो बनाओ कानून इक सेंटर पद्धर ते कानून बना दियो जेड़ा बंदा काम जानदा ओदे काम दित्ता जावे जानू जिउंदे रहण दे पत्ता दित्ता इक बेरोजगारी पत्ता दित्ता जावे करोना दे विच मैनू तुसीं दसो किहदे किहदे घर गए आ साडे घर तां कोई नहीं आया पुछण लई असीं वी घर महीना बैठे रहे आ हुण स्कूलां दी फीस वी दे रहे आ ठीक है नैट साडा चल रहा है बिजली का बिल साडा चल रहा है फीस असी भर रहे हैं स्कूल की क्यों बैंक दी किश्तां और बैंक दी किश्तां जा रही हैं साडियां वो कह रहे हैं कि 3 महीने ताडा नहीं लगेगा पर जिहड़े 3 महीने बाद जिहड़ा 15 साल तो बाद 3 महीने लगे वो किन्ना लगेगा वो तो देखो तुसी ओदा ब्याज ते लगा ना लगदा ब्याज वो लोगों को अवेयरनेस ही नहीं है ये चीज़ा देखो गवर्नमेंट बेवकूफ़ बना रही है तुहानू कि हाँ भाई तुहानू 3 महीने का कोई ब्याज नहीं लगना बट भाई तुसी देखो ब्याज किन्ना लगदा सी भी बैंकिंग लाइन मन दी गल इही दसना चाहवांगे जी हुण तां बस खत्म ही हो गया काम सारा जी यही साढ़े मन की गल है हम साढ़िया किश्तां भी नहीं दे होंदियां भी वेले बैठे हैं की करन ओ तुहाडे वास्ते मतलब की सही की करन ये तो दसो ते ना करन अपने वास्ते कर लैन कुछ अपने वास्ते ते करन दे अपना माल ही बचा लैन कुछ ਕਿਹੜਾ ਮਾਲ ਉਹਨਾਂ ਦੀ ਕਿਹੜੀ ਉਹਦੀ ਚਾਦਰਾਂ ਦੀ ਦੁਕਾਨ ਸਾਰਾ ਕੁਝ ਤਾਂ ਵੇਚੀ ਜਾਂਦੇ ਹੁਣ ਰਹਿ ਕੀ ਗਿਆ ਬਾਕੀ ਅੱਛਾ ਦੇਸ਼ ਦੀ ਗੱਲ ਕਰਦੇ ਆ ਕਿ ਦੇਸ਼ ਪ੍ਰਾਈਵੇਟ ਕਰੀ ਜਾਂਦੇ ਆ ਰੇਲਵੇ ਕਰੀ ਜਾਂਦੇ ਆ ਬਾਕੀ ਚੀਜ਼ਾਂ ਏਅਰ ਇੰਡੀਆ ਵੀ ਵਿਚਾਰੀਆਂ ਨੌਕਰੀਆਂ ਚੱਲ ਗਈਆਂ ਸਭ ਚੱਲ ਖਤਮ ਹੋ ਰਿਹਾ ਜੀ ਕੰਮ ਹੁਣ ਇਕੱਲਾ ਮੋਦੀ ਖਾਊਗਾ ਬਾਕੀ ਨਹੀਂ ਕੁਛ ਖਾਸ ਸਾਰੇ ਕੋਈ ਸੋਚਣ ਲੋਕਾਂ ਨੂੰ ਜਿੱਦਾਂ ਹੁਣ ਕਿਸਾਨਾਂ ਨੂੰ ਸਬਸਿਡੀ ਦਿੰਦੇ ਆ ਦੁਕਾਨਦਾਰਾਂ ਨੂੰ ਵੀ ਕੋਈ ਸਬਸਿਡੀ ਦੇਣ ਜਿਹੜੇ ਆ ਪ੍ਰਾਈਵੇਟ ਸਰਵਿਸ ਕਰਦੇ ਆ ਬੱਚੇ ਇਹਨਾਂ ਨੂੰ ਕੋਈ ਦੇਣ ਫੈਸਿਲਿਟੀ ਦੇਣ ਕੋਈ ਇਹਨਾਂ ਨੂੰ ਕਿਉਂਕਿ ਜਿਹੜੇ ਮਜ਼ਦੂਰ ਆ ਹੁਣ ਦੇਖੋ 3 ਮਹੀਨੇ ਘਰ ਬੈਠੇ ਰਹੇ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਕਿਰਾਇਆ ਦੇਣਾ ਪੈਂਦਾ ਉਹਨਾਂ ਨੂੰ ਜਿਹੜੇ ਘਰਾਂ 'ਚ ਰਹਿੰਦੇ ਆ ਰੋਟੀ ਪਾਣੀ ਤਾਂ ਔਖੇ ਆ ਜਿਹੜੀ ਆ ਰਾਸ਼ਨ ਵੰਡਦੇ ਵੀ ਆ ਉਹ ਜਿਹੜੇ ਵੰਡਦੇ ਆ ਉਹਨਾਂ 'ਚ ਹਿੱਤਿਆਂ ਨੂੰ ਜਾਂਦਾ ਦੂਜੇ ਬੰਦੇ ਆਮ ਗਰੀਬ ਆਦਮੀ ਨੂੰ ਤਾਂ ਮਿਲਦਾ ਹੀ ਨਹੀਂ ਗਿਆ ਪਬਲਿਕ ਨੂੰ ਮਨ ਕੀ ਬਾਤ ਸੁਣਿਆ ਕਦੀ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਕੁਛ ਨਹੀਂ ਕਰ ਸਕਦੇ ਜੀ ਕਿਉਂ ਕਿਉਂ ਨਹੀਂ ਕਰਦੇ ਪਏ ਕਹਿਣਾ ਤਾਂ ਤਾੜੀਆਂ ਮਾਰ ਲਓ ਤਾੜੀਆਂ ਮਾਰਨ ਨਾਲ ਕੀ ਹੋ ਜਾਣਾ ਜੀ ਤਾੜੀਆਂ ਮਾਰਨ ਨਾਲ ਸਾਹ ਵਧੀਆ ਆਉਂਦਾ ਯੋਗਾ ਹੁੰਦੀ ਯੋਗਾ ਮੇਰਾ ਤਾਂ ਹੈ ਨਹੀਂ ਤਾੜੀਆਂ ਮਾਰਨ ਨਾਲ ਕੁਛ ਨਹੀਂ ਹੁੰਦਾ ਜੀ ਕਰ ਦਿੰਦੇ ਜੀ ਦੀਵਾ ਬਾਲੋ ਦੀਵਾ ਬਾਲਣ ਨਾਲ ਕੀ ਹੋਣਾ ਜੀ ਚਮਚਾ ਲਓ ਥਾਲੀ ਚਮਚਾ ਭਜਾ ਲਓ ਚੂਹੇ ਮਾਰ ਲਓ ਚੂਹੇ ਭਜਾ ਲਓ ਕਿਰਲੀਆਂ ਭਜਾ ਲਓ ਚੂਹੇ ਭਜਾ ਲਓ ਚੂਹਿਆਂ ਦੀ ਦਵਾਈ ਚੂਹਿਆਂ ਦੀ ਦਵਾਈ ਕੀ ਰੇਟ ਕੀ ਰੇਟ 50 ਰੁਪਏ ਪੂੜੀ 100 ਦੇ 3 50 ਰੁਪਏ ਪੂੜੀ 40 ਵਾਲੀ 'ਚ ਕੀ ਹੁੰਦਾ 40 ਵਾਲੀ ਮਾਰਨ ਵਾਲੀ ਹੁੰਦੀ ਹੈ 50 ਵਾਲੀ ਭਜਾਉਣ ਵਾਲੀ ਹੁੰਦੀ ਬੜੀ ਪਿਆਰ ਨਾਲ ਕਹੀ ਜਾਂਦੇ ਤੁਸੀਂ ਇੱਦਾਂ ਦੇ ਘਟਾਉਣੀ ਨਹੀਂ ਉਹਨਾਂ ਨੇ ਨਹੀਂ ਹੁਣ ਉੱਚੀ ਆਵਾਜ਼ 'ਚ ਮੋਦੀ ਜੀ ਨੂੰ ਕਹਿ ਕੇ ਆਪਾਂ ਫਿਰ ਮਾਰਾਂ ਗੱਲ ਪਾਊਗੇ ਸਾਡੇ ਉਹ ਡਰ ਵੀ ਲੱਗਦਾ ਸਾਨੂੰ ਸਾਡੀ ਰਿਪੋਰਟ ਮਾਰਾਂ ਇਸੇ ਕਰਕੇ ਕਹੀਦਾ ਵੀ ਠੀਕ ਆ ਆਪਣੇ ਹਿਸਾਬ ਨਾਲ ਕਹਿ ਦਿਓ ਦੇਖ ਲਓ ਕਿੱਦਾਂ ਡਰਦੇ ਲੋਕੀ ਕਿਤੇ ਚੁਕਾ ਲੈਂਦੇ ਨੇ ਕਿਤੇ ਮੋਦੀ ਸਾਹਿਬ 'ਤੇ ਆ ਗਏ ਆਹ ਮਿੱਤਰਾਂ ਇਹ ਦੋਨਾਂ ਮਿੱਤਰਾਂ ਨੂੰ ਚੱਕ ਲਓ ਹੈਨਾ ਇਹ ਥੋੜ੍ਹਾ ਜਿਹਾ ਡਰ ਡਰ ਕੇ ਮਤਲਬ ਹਿਸਾਬ ਨਾਲ ਕਹੀ ਜਾਂਦੇ ਘਰ 'ਚ ਕਹੋਗੇ ਯਾਰ ਮੈਂ ਤਾਂ ਇਹ ਕਹਿਣਾ ਸੀ ਮੈਂ ਕਿਹਾ ਨਹੀਂ ਗਾ ਉਹ ਥੋੜ੍ਹਾ ਜਿਹਾ ਨਾ ਬਸ ਬੰਦਾ ਥੋੜ੍ਹਾ ਮੋਦੀ ਸਾਹਿਬ ਕੋ ਡਰਦਾ ਵੀ ਇੱਕ ਤਾਂ ਦਾੜੀ ਵੀ ਲੰਬੀ ਰੱਖ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਉਹਨੂੰ ਰਾਜਨੀਤੀ ਜਿਹੜੀ ਖਤਮ ਕਰਨ ਆਪਣੇ ਦੇਸ਼ ਬਾਰੇ ਸੋਚਣ ਵੀ ਸਾਡੇ ਜਿਹੜੇ ਬਾਰਡਰ ਸਾਰੇ ਸੀਲ ਕੀਤੇ ਜਾਣ ਜਿੱਥੋਂ ਸਮਗਲਿੰਗ ਹੁੰਦੀ ਆ ਪੰਜਾਬ ਦੇ ਵਿੱਚ ਇੰਨਾ ਨਸ਼ਾ ਆ ਰਿਹਾ ਕਿੱਥੋਂ ਆ ਰਿਹਾ ਬਾਰਡਰ ਦੇ ਥਰੂ ਆ ਰਿਹਾ ਇਹ ਸਭ ਤੋਂ ਪਹਿਲਾਂ ਬਾਰਡਰ ਸੀਲ ਕਰਨ ਨਸ਼ਾ ਬੰਦ ਕਰਨ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆ ਉਹਨੂੰ ਬਚਾਉਣ ਕਿਸੇ ਦੀ ਕੋਈ ਤਾਂ ਕਹੇ ਕਿ ਮੈਨੂੰ ਆਹ ਬੈਨੀਫਿਟ ਮਿਲਦਾ ਪਿਆ ਮੈਨੂੰ ਆਪਣੀ ਕੰਟਰੀ ਤੋਂ ਆਹ ਚੀਜ਼ ਇਸ ਵੇਲੇ ਮਿਲੀ ਜਿਹਦੇ ਨਾਲ ਮੈਨੂੰ ਪ੍ਰੋਫਿਟ ਹੋਇਆ ਜਾਂ ਜਿਹਦੇ ਨਾਲ ਮੈਨੂੰ ਆਹ ਇਸ ਦੁੱਖ ਦੀ ਘੜੀ 'ਚ ਮੈਨੂੰ ਸਹਾਇਤਾ ਮਿਲੀ ਕੁਛ ਵੀ ਨਹੀਂ ਲੋਕਾਂ ਨੂੰ ਤਾਂ ਮਿਲਿਆ ਉਲਟਾ ਕਈ ਬਰਡਨ ਪੈ ਰਹੇ ਆ ਆਹ ਚੀਜ਼ ਦੇ ਪ੍ਰਾਈਸ ਵੱਧ ਗਏ ਆਹ ਹੋ ਗਿਆ ਇੱਦਾਂ ਹੋ ਗਿਆ ਤੁਸੀਂ ਦੇਖੋ ਸਾਡੇ ਪੈਟਰੋਲ ਡੀਜ਼ਲ ਅਦਰ ਕੰਟਰੀਜ਼ ਦੇ ਕੰਪੈਰੀਜ਼ਨ ਸਾਡੇ ਜਿਹੜੇ ਰੇਟ ਆ ਉਹ ਹਾਈ ਹੋ ਗਏ ਸਾਡੇ ਹਾਈ ਮੈਂ ਕਹਿੰਦਾ ਤਬਾਹੀ ਹੋ ਗਏ ਸਾਡੇ ਜਿਹਦਾ ਫੇਵਰਟ ਮੋਦੀ ਉਹ ਟੀਵੀ ਦੇ ਆਉਂਦੇ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਆਰਤੀ ਦੀ ਥਾਲੀ ਲੈ ਕੇ ਬਹਿ ਜਾਂਦੇ ਨੇ ਟੀਵੀ ਨਹੀਂ ਆਰਤੀ ਦੀ ਥਾਲੀ ਤਾਂ ਕਦੀ ਲੈ ਕੇ ਨਹੀਂ ਬੈਠੇ ਹੈਗੇ ਉੱਦਾਂ ਬਹੁਤ ਚੰਗਾ ਉੱਦਾਂ ਨਾਈਸ ਆ ਉਹਦੇ ਸਾਰਾ ਕੁਛ ਜਿੱਦਾਂ ਮੰਨ ਲਓ ਜੋ ਵੀ ਦੇਸ਼ ਲਈ ਕਰਦੇ ਬਹੁਤ ਵਧੀਆ ਕਰਦੀ ਆ ਵੋਟਾਂ ਉਹਦੇ ਲੈ ਜਾਂਦੇ ਲੋਕਾਂ ਤੋਂ ਸਭ ਜਵਾਬ ਦਿਖਾਲਦੇ ਆ ਜਦੋਂ ਲੋਕਾਂ ਦੇ ਕੋਈ ਮੁਸੀਬਤ ਪੈਂਦੀ ਆ ਉਦੋਂ ਕੋਈ ਕੋਈ ਬਾਹ ਨਹੀਂ ਫੜਦਾ ਮਿਸਾਲ ਦੇ ਤੌਰ 'ਤੇ ਅਸੀਂ ਆਟੋ ਵਾਲੇ ਹੀ ਆ ਬਾਹ ਫੜਦੇ ਨਹੀਂ ਧੱਕਾ ਵੱਖਰਾ ਮਾਰ ਦੇਖੋ ਚਾਹੇ ਉਹ ਸਰਵਿਸ ਕਲਾਸ ਹੋਵੇ ਸਰਵਿਸ ਕਲਾਸ ਵੀ ਤੁਸੀਂ ਦੇਖੋ ਅੱਜ ਕੱਲ੍ਹ ਦੇ ਟਾਈਮ ਵਿੱਚ ਸਭ ਦੀ ਸੈਲਰੀਜ਼ ਘੱਟ ਰਹੀਆਂ ਕਿਉਂ ਘੱਟ ਰਹੀਆਂ ਸੈਲਰੀਜ਼ ਅਗਰ ਮੋਦੀ ਸਰਕਾਰ ਨੇ ਕੁਛ ਕੀਤਾ ਹੁੰਦਾ ਗਵਰਨਮੈਂਟ ਨੇ ਕੁਛ ਕੀਤਾ ਹੁੰਦਾ ਇੰਪਲੋਈਜ਼ ਦੀ ਸੈਲਰੀਜ਼ ਘਟਣੀਆਂ ਸੀ ਨਹੀਂ ਘਟਣੀਆਂ ਸੀਗੀਆਂ ਏਅਰ ਇੰਡੀਆ ਵਾਲਿਆਂ ਨੂੰ ਕਹਿੰਦੇ 5 ਸਾਲ ਦੀ ਛੁੱਟੀ ਦੇ ਦਿੱਤੀ ਸਾਡੀ ਖੁਦ ਦੀ ਸੈਲਰੀਜ਼ ਅੱਧੀ ਅੱਧੀ ਆ ਰਹੀ ਹੈ ਅਸੀਂ ਖੁਦ ਕਟਵਾ ਰਹੇ ਹਾਂ ਆਪਣੀ ਸੈਲਰੀਜ ਦਿਨ ਕੰਮ ਪੂਰਾ ਅਸੀਂ 8-9 ਘੰਟੇ ਦਾ ਕਰ ਰਹੇ ਹਾਂ ਬਟ ਸੈਲਰੀ ਸਾਡੀ ਕੱਟਦੀ ਪਈ ਹੈ ਉੱਤੋਂ ਜੇ ਤੁਸੀਂ ਮਾਸਕ ਨਾ ਪਾਇਆ 500 ਦਾ ਚਲਾਨ ਵੱਖਰਾ ਕੱਟ ਜਾਣਾ ਬਿਲਕੁਲ ਚਲਾਨ ਕੱਟਣ ਲਈ ਤਾਂ ਪਹਿਲਾਂ ਤਿਆਰ ਮੋਦੀ ਸਾਹਿਬ ਨੂੰ ਕੋਈ ਮੈਸੇਜ ਦੇਣਾ ਹੋਵੇ ਤੁਸੀਂ ਜ਼ਮੀਨੀ ਪੱਧਰ ਤੇ ਉਹ ਦੇਖਣ ਆ ਵੀ ਕੀ ਪਿਛੇ ਨਾ
खाली भाषण दे के नहीं जमीनी पत्थर देखन हम बाजार प्रचार देख रहे हैं ना बाजार घूम रहे हैं इतने गह देख भी क्या की होया पिछले सर आके चेक करन और नहीं तो फेसबुक से वीडियो देख लेना तो उत्थी पता लग जाता साड़ी वीडियो देख लियो उत्थी पता लग जाना सौखा काम आने की लोड़ ही नहीं आओगे सत्त गड्डिया बाजार च वड़ोगे जगह है नहीं गड्डिया रोक लोगे गाहक भी रोक लो ना गाहक है ही नहीं बिल्कुल मिलना आगे नहीं रुकना की जो मर्जी आओ एनी टाइम वेलकम गाहक ही नहीं कहते जो मर्जी आओ वो सब बेचारे घूमते बेचारे साढ़े सामने देख आते लोग फिर लैन वाला नहीं है कुछ खाता जुदा के खुलवा लो आधार कार्ड बना है आधार कार्ड है बहुत बढ़िया है अच्छे नागरिक हैं आधार कार्ड बनवाओ कागज बनाओ पूरे कल को कुछ नहीं पता कागज ना हुए देश से भी निकाले जा सकते ठीक है बहुत मतलब चिंता का विषय है तो खाता खुलवा ले खाता खुलवाओ नहीं आधार कार्ड तो हमारा यूपी का है यहाँ तो खुलेगा नहीं आधार कार्ड यूपी का है आधार कार्ड होना चाहिए ना चाहे यूपी का हो चाहे यहाँ का हो तो ये थे फगवाड़े के लोग अपने मन की बात सुनाते हुए और कैसी लगी उनके मन की बात ये आप हमें बता सकते हैं एंड वीडियो अच्छी लगी तो इसको लाइक करें सब्सक्राइब करें एंड शेयर करें और हमें पता लगा कि हमारा चैनल आप सब्सक्राइब नहीं करते तो जल्दी से सब्सक्राइब कर लें और अगली बार मिलेंगे नई वीडियो के साथ किसी और जगह शुक्रिया मोदी जी की शुक्रिया करते हैं बहुत हम लोग धन्यवाद मोदी जी के कि जान बचा दिया हम लोग कोरोना का महामारी से कोरोना से लड़ाई की कोरोना से लड़ाई की बहुत अच्छा बात भाई उन्होंने चैनल सब्सक्राइब करो जी शेयर कर दो शेयर करो इन्हों कमेंट करो जी